ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਹਾਜ਼ਰ ਹਾਂ ਜੀ ਈਟੀਟੀ 94 ਸਬੰਧੀ ਤੇ 6835 ਸਬੰਧੀ ਇੱਕ ਨਵੀਂ ਵੀਡੀਓ ਲੈ ਕੇ ਕਾਫੀ ਟਾਈਮ ਬਾਅਦ ਆਪਾਂ ਜਿਹੜੀ ਹੈ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਡਿਸਕਸ਼ਨ ਕਰਨ ਵਾਲਿਆਂ ਕਰਨ ਵਾਲਿਆਂ ਆਪਾਂ ਦੋਨੋਂ ਹੀ ਭਰਤੀਆਂ ਨੂੰ ਲੈ ਕੇ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਈਟੀਟੀ 94 ਸਬੰਧੀ ਫਿਰ ਆਪਾਂ ਗੱਲ ਕਰਾਂਗੇ ਜੀ 6835 ਸਬੰਧੀ ओके ਤਾਂ ਆਓ سٹارٹ ਕਰਦੇ ਆ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜਿਵੇਂ ਕਿ ਬਹੁਤ ਸਾਰੇ ਕੈਂਡੀਡੇਟਸ ਦੇ ਲਗਾਤਾਰ ਕੁਸ਼ਨ ਆ ਰਹੇ ਸਨ ਕਿ 99% ਜਿਹੜੀ ਕਦੋਂ ਤੱਕ ਆਊਟ ਹੋਏਗੀ ਕਿ ਉਹ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਡਿਪਾਰਟਮੈਂਟ ਵੱਲੋਂ ਤਾਂ ਦੇਖੋ ਜੇਕਰ ਆਪਾਂ ਸਭ ਤੋਂ ਪਹਿਲਾਂ 994 ਬਰਤੀ ਦੀ ਗੱਲ ਕਰੀਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਸਮੇਂ ਤੋਂ ਕੈਂਡੀਡੇਟਸ ਜਿਹੜੇ ਨੇ ਨੋਟੀਫਿਕੇਸ਼ਨ ਦੀ ਵੇਟ ਕਰ ਰਹੇ ਨੇ ਹਨਾ ਪੋਰਟਲ ਜਿਹੜਾ ਬਹੁਤ ਲੰਬਾ ਸਮਾਂ ਹੋ ਗਿਆ ਕਿ ਡਿਪਾਰਟਮੈਂਟ ਵੱਲੋਂ ਓਪਨ ਨਹੀਂ ਕੀਤਾ ਜਾ ਰਿਹਾ ਇਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ ਦੇਖੋ ਜੇਕਰ ਆਪਾਂ ਵਿਭਾਗ ਦੇ ਅਕੋਰਡਿੰਗ ਗੱਲ ਕਰੀਏ ਵਿਭਾਗ ਦੀ ਅਪਡੇਟ ਦੀ ਗੱਲ ਕਰੀਏ ਤਾਂ ਜਿੰਨੀ ਕਿ ਨਿਊਜ਼ ਉਹਨਾਂ ਨੂੰ ਮਿਲ ਰਹੀ ਆ ਉਹ ਇਹ ਹੈ ਕਿ ਜਿਹੜਾ ਡਿਪਾਰਟਮੈਂਟ ਹੈ ਵਿਭਾਗ ਹੈ ਉਹ ਕੱਚੇ ਅ ਤੇ ਕੰਮ ਕਰ ਰਹੀ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਗਵਰਨਮੈਂਟ ਵੱਲੋਂ ਜਿਹੜਾ ਅਨਾਉਂਸਮੈਂਟ ਵੀ ਕੀਤੀ ਗਈ ਹੈ ਕਿ ਜਿਹੜੇ ਕੱਚੇ ਦੇ ਅਪਕ ਨੇ ਬਹੁਤ ਜਲਦ ਪੱਕੇ ਕਿਤੇ ਜਾਣਗੇ ਜਲਦੀ ਹੀ ਉਹਨਾਂ ਦਾ ਨੋਟੀਫਿਕੇਸ਼ਨ ਹੋ ਜਾਰੀ ਕੀਤਾ ਜਾਏਗਾ ਠੀਕ ਹੈ ਕੈਂਦਾ ਭਾਗ ਕੇ ਵਿਭਾਗ ਜਿਹੜਾ ਇਹ ਪਹਿਲਾਂ ਕੱਚੇ ਤੇ ਅਪਕਾਂ ਦੇ ਪ੍ਰੋਸੈਸ ਤੇ ਕੰਮ ਕਰ ਰਿਹਾ ਹੈ ਹੁਣ ਮੇ ਪੋਸਟ ਆ ਫਿਰ ਕਦੋਂ ਤੱਕ ਆਣਗੀ ਤਾਂ ਦੇਖੋ ਇਹ ਤਾਂ ਡਿਪਾਰਟਮੈਂਟ ਤੇ ਡਿਪੈਂਡ ਹੈ ਕਦੋਂ ਤੱਕ ਡਿਪਾਰਟਮੈਂਟ ਜਿਹੜਾ ਇਸ ਨੂੰ ਜਾਰੀ ਕਰਦਾ ਹੈ ਬਤ ਤੋਂ ਬਤ ਜਿੰਨਾ ਹੋ ਸਕਦਾ ਪ੍ਰੈਸ਼ਰ ਬਣਾਉਣਾ ਚਾਹੀਦਾ ਜਿੰਨਾ ਵੀ ਟੋਟਲ ਉਹਨਾਂ ਦਾ 94 ਕੈ ਕਿ ਡਿਪਾਰਟਮੈਂਟ ਅੱਗੇ ਪੱਕਾ ਤਰਨਾ ਲਾਣਾ ਚਾਹੀਦਾ ਹੈ ਤਾਂ ਕਿ ਸਟਾਅਟ ਨਹੀਂ ਹੁੰਦੀ ਆ ਉਦੋਂ ਤੱਕ ਉਹ ਤਰਨਾ ਜਿਹੜਾ ਨਾ ਉਠਾਇਆ ਜਾਵੇ ਤਾਂ ਹੀ ਇਹ ਪੋਸਟਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ ਸਨ ਕਿ ਕੀ ਪੀਐਸਟੈਟ ਪਹਿਲਾਂ ਹੋਵੇਗਾ ਜਾਂ ਨਹੀਂ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ 2-3 ਸਾਲ ਤੋਂ ਪਹਿਲਾਂ ਹੀ ਪੀਐਸਟੈਟ ਜਿਹੜਾ ਪਿੱਛੇ ਚੱਲ ਰਿਹਾ ਆਪਣੇ ਪੰਜਾਬ ਦਾ ਠੀਕ ਹੈ ਜੇਕਰ ਉਹ ਨਾ ਚਾਣਵੇਂ ਕੈਡਰ ਨੇ ਪੂਰਾ ਸਰਕਾਰ ਤੇ ਪ੍ਰੈਸ਼ਰ ਨਾ ਬਣਾਇਆ ਨਾਲੇ ਸਮੇਂ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਪੀਐਸਟੈਟ ਪਹਿਲਾਂ ਕੰਡਕਟ ਕਰਾ ਲਿਆ ਜਾਵੇ ਤੇ ਇੱਥੇ ਤੁਸੀਂ ਇੱਕ ਗੱਲ ਵੀ ਕਲੀਅਰ ਰੱਖੋ ਕਿ ਕਿ ਲਾ ਹੁੰਦਾ 99 ਮੇਂ ਪਰਤੀ ਤੋਂ ਪਹਿਲਾਂ ਤਾਂ ਇਸ ਕਰਕੇ ਪੂਰੀ 99 ਮੇਨ ਜਿਹੜੀ ਕੋਸ਼ਿਸ਼ ਹੈ ਇਸ ਟਾਈਮ ਪੂਰਾ ਪ੍ਰੈਸ਼ਰ ਡਿਪਾਰਟਮੈਂਟ ਅੱਗੇ ਧਰਨਾ ਲਗਾਉਣਾ ਚਾਹੀਦਾ ਪੱਕਾ ਤਾਂ ਕਿ ਜਿਹੜਾ 99 ਮੇਨ ਪੋਰਟਲ ਜਲਦ ਤੋਂ ਜਲਦ ਓਪਨ ਕਰਾਇਆ ਜਾਵੇ ਓਕੇ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 635 ਪਰਤੀ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਪਹਿਲੀ ਲਿਸਟ ਹੈ ਜੋਇਨ ਕਰ ਚੁੱਕੀ ਹੈ ਈਡਬਲਯੂਐਸ ਵਾਲੇ ਵੀ ਜੋਇਨ ਕਰ ਚੁੱਕੇ ਨੇ विद द हेल्प तो जेडे एलिजिबल ਹੋਏ ਸੀਗੇ ਉਹ ਵੀ ਜੁਆਇਨ ਕਰ ਚੁੱਕੇ ਨੇ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਨੈਕਸਟ ਪ੍ਰੋਸੈਸ ਦੀ ਯਾਨੀ ਕਿ ਸੈਕੰਡ ਲਿਸਟ ਦੀ ਕਿ ਕਦੋਂ ਤੱਕ ਆਏਗੀ ਤਾਂ ਦੇਖੋ ਇਧਰ ਰਿਗਾਰਡਿੰਗ ਖਾਲੇ ਕੋਈ ਵੀ ਆਫੀਸ਼ੀਅਲ ਅਪਡੇਟ ਨਹੀਂ ਆਈ ਹੈਗੀ ਜਿੰਨਾ ਵੀ ਡਿਪਾਰਟਮੈਂਟ ਕੰਮ ਕਰ ਰਿਹਾ ਉਹ ਸਾਰਾ ਹਜੇ ਫਿਲਹਾਲ ਕੱਚੇ ਦੇ ਆਪਕਾਂ ਦੇ ਸਿੱਖਿਆ ਪ੍ਰੋਵਾਈਡਰਸ ਦੇ ਜਿਹੜੇ ਪ੍ਰੋਸੈਸ ਨੇ ਉਸਤੇ ਕੰਮ ਚੱਲ ਰਿਹਾ ਡਿਪਾਰਟਮੈਂਟ ਵੱਲੋਂ ਉਮੀਦ ਇਹ ਹੀ ਹੈ ਕਿ 6835 ਦਾ ਵੀ ਕੋਈ ਨਾ ਕੋਈ ਜਲਦੀ ਹੀ ਅਪਡੇਟ ਦੇਖਣ ਨੂੰ ਮਿਲੇਗੀ ਹਾਲੇ ਤਾਂ ਕਾਫੀ ਸਾਰੇ ਕੈਂਡੀਡੇਟਸ ਇਹ ਵੀ ਕਹਿ ਰਹੇ ਸਨ ਇੱਕ ਲਿਸਟ ਨੇ ਜੋਇਨ ਕੀਤਾ ਹੈ ਸੈਕੰਡ ਲਿਸਟ ਤੁਹਾਨੂੰ ਜਰੂਰ ਦੇਖਣ ਨੂੰ ਮਿਲੇਗੀ 6835 ਦੀ ਠੀਕ ਹੈ ਬਾਕੀ ਦੇਖੋ ਹੁਣ ਡਿਪਾਰਟਮੈਂਟ ਤੇ ਡਿਪੈਂਡ ਹੈ ਕਿ ਕਦੋਂ ਤੱਕ ਉਹ ਜਿਹੜਾ ਇਸ ਭਰਤੀ ਨੂੰ ਮੁਕੰਮਲ ਕਰੇ ਇਸ ਸਮੇਂ ਦੇ ਵਿੱਚ ਤੁਹਾਨੂੰ ਸੈਕੰਡ ਲਿਸਟ ਵੇਟਿੰਗ ਲਿਸਟ ਦੋਨੋਂ ਹੀ ਦੇਖਣ ਨੂੰ ਮਿਲਣਗੀਆਂ ਫਿਰ ਬਾਕੀ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਵੀ ਅਫੀਸ਼ੀਅਲ ਅਪਡੇਟ ਆਏਗੀ ਆਪਾਂ ਤੁਹਾਨੂੰ ਜਰੂਰ ਇਨਫੋਰਮ ਕਰਾਂਗੇ ਇਸ ਨਾਲ ਹੀ ਜੇਕਰ ਤੁਸੀਂ ਚੈਨਲ ਨਾਲ ਨਹੀਂ ਜੁੜੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਆਫੀਸ਼ੀਅਲ ਅਪਡੇਟਸ ਕੋਈ ਵੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਹੈ ਵੀਡੀਓ ਦਾ ਉਹ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਜਾਂ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਓਕੇ ਜੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਕੱਲ ਪਰਸੋ ਹੀ ਦੇਖੇ ਸੀ ਕਾਫੀ ਸਾਰੇ ਕੈਂਡੀਡੇਟਸ ਨੇ ਮੈਸੇਜ ਕੀਤੇ ਹੋਏ ਸਨ ਕਿ ਮੈਡਮ ਆਪ ਤੁਸੀਂ ਵੀਡੀਓ ਕਿਉਂ ਨਹੀਂ ਲੈ ਕੇ ਹਾਜ਼ਰ ਹੋ ਰਹੇ ਕਿਉਂ ਤੁਸੀਂ ਕਲਾਸਿਸ ਨਹੀਂ ਲੈ ਰਹੇ ਹੈਗੇ ਤਾਂ ਮੈਂ ਤੁਹਾਨੂੰ ਦੱਸ ਦੱਸ ਦਵਾ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਐਕਚੁਅਲੀ ਮੈਂ ਮੈਡੀਕਲ ਲੀਵ ਤੇ ਸੀ ਆਪਣੇ ਠੀਕ ਨਾ ਹੋਣ ਕਰਕੇ ਮੈਂ ਸੋਸ਼ਲ ਮੀਡੀਆ ਤੇ ਕੁਝ ਵੀ ਜਿਹੜਾ ਅਪਲੋਡ ਨਹੀਂ ਕੀਤਾ ਹੈਗਾ ਠੀਕ ਹੈ ਹਲੇ ਵੀ ਪ੍ਰੋਪਰ ਸੇ ਤਾਂ ਇਹ ਕਹ ਲੋ ਵੀ ਮੈਡੀਸਿਨ ਚੱਲ ਰਹੀਆਂ ਨੇ ਠੀਕ ਹੈ ਬਲੱਡ ਟੈਸਟ ਟੈਸਟ ਵਗੈਰਾ ਚੱਲੇ ਰਹੇ ਨੇ ਕਿਤੇ ਤਾਂ ਬਥੇ ਠੀਕ ਨਾ ਹੋਣ ਕਰਕੇ ਮੈਂ ਕੋਈ ਵੀ ਜਿਹੜੀ ਅਪਡੇਟ ਆ ਤੁਹਾਨੂੰ ਨਹੀਂ ਦਿੱਤੀ ਸੀ ਹੈਗੀ ਦੁਆ ਜਰੂਰ ਕਰੋ ਕਿ ਤੁਹਾਡੀ ਮੈਡਮ ਜਿਹੜੀ ਹੈ ਜਲਦੀ ਹੀ ਠੀਕ ਹੋ ਜਾਵੇ ਤੋ ਤੱਕ ਕਿ ਕਿਸੇ ਪਰਸਨ ਦੀ ਬਿਲਕੁਲ ਹੈਲਥ ਸਹੀ ਨਹੀਂ ਹੁੰਦੀ ਹੈਗੀ ਉਹਦਾ ਕੁਝ ਵੀ ਮਨ ਨਹੀਂ ਕਰਦਾ ਹੈਗਾ ਹਨਾ ਕੁਝ ਕੋਈ ਵੀ ਕੰਮ ਕਰਨ ਨੂੰ ਚਾਹੀਏ ਵੀਡੀਓ ਹੈ ਜਾਂ ਕੋਈ ਵੀ ਹੈ ਜਦੋਂ ਤੱਕ ਆਪਣੀ ਹੈਲਥ ਪ੍ਰੋਪਰ ਸਹੀ ਨਹੀਂ ਹੈਗੀ ਤਾਂ ਉਹ ਨਾ ਉਸ ਤਰੀਕੇ ਨਾਲ ਕੰਮ ਹੋ ਪਾਂਦਾ ਹੈ ਜਬਰਦਸਤੀ ਆਪਾਂ ਜਿੰਨੀ ਵੀ ਆਪਣੇ ਆਪਣਾ ਨਾਲ ਕਰ ਲਈਏ ਪਰ ਇਹ ਕੋ ਲੈਵਲ ਦਾ ਕੰਮ ਨਹੀਂ ਜਿਹੜਾ ਪ੍ਰਿਪੇਅਰ ਹੁੰਦਾ ਜਿਵੇਂ ਦਾ ਆਪਾਂ ਇੱਕ ਪ੍ਰੋਪਰ ਹੈਲਥ ਨਾਲ ਕਰਦੇ ਹੁੰਦੇ ਆ ਠੀਕ ਹੈ ਜੀ ਕੋਈ ਅਫੀਸ਼ੀਅਲ ਅਪਡੇਟ ਆndi ਆ ਪਾ ਤੁਹਾਨੂੰ ਜ਼ਰੂਰੀ ਇਨਫੋਰਮ ਕਰਾਂਗੇ ਉਪਨਲ ਵੀ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਆ ਤੁਹਾਨੂੰ ਦਿੰਦੇ ਰਹਿੰਦੇ ਹਾਂ ਜਿਓਗ੍ਰਾਫੀ ਦੀ ਜਿਵੇਂ ਕਲਾਸਿਸ ਲੱਗ ਰਹੀਆਂ ਸੀ ਆਪਣੀ 942 ਸਬੰਧੀ ਵੀਡੀਓ ਕਾਫੀ ਟਾਈਮ ਪਹਿਲਾਂ ਬਣਾ ਕੇ ਰੱਖੀ ਹੋਈ ਸੀ ਉਹ ਜ਼ਰੂਰ ਅੱਜ ਪਬਲਿਸ਼ ਹੋ ਜਾਵੇਗੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਠੀਕ ਹੈ ਬਾਕੀ ਪੂਰੀ ਪੂਰੀ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਕਲਾਸਿਸ ਜਿਹੜੀਆਂ ਨੇ ਜਲਦੀ ਹੀ ਕੰਟੀਨਿਊ ਕਰੀਏ ਸਾਰੀਆਂ ਹੀ ਹੋਊਗੀ ਕਿ ਜਿਓਗ੍ਰਾਫੀ ਆਪਾਂ ਜਲਦੀ ਪੂਰੀ ਕੰਪਲੀਟ ਕਰੀਏ ਓਕੇ ਬਾਕੀ ਆ ਕਲਾਸਿਸ ਦੇ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਰੋਵਾਂਗੇ ਜੀ ਜਲਦੀ ਹੀ ਨਵੀਂ ਵੀਡੀਓ ਲੈ ਕੇ ਵੀਡੀਓ ਨੂੰ ਵਾਤੋਂ ਵਾਤ ਲਾਈਕ ਸ਼ੇਅਰ ਜ਼ਰੂਰ ਕਰ